ਕੋਰੋਨਾ ਵਾਇਰਸ ਦੇ ਚਲਦਿਆਂ ਪੰਜਾਬ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ। ਪੰਜਾਬ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਹੁਣ ਹੋਟਲ ਰੈਸਟੋਰੈਂਟ ਬੰਦ ਕਰਨ ਦੇ ਫੈਸਲੇ ਦੇ ਨਾਲ ਨਾਲ ਹੁਣ ਨਵੇਂ ਫੈਸਲੇ ਦੇ ਮੁਤਾਬਕ ਲੋਕਾਂ ਦੀ ਗਿਣਤੀ 50 ਤੋਂ ਘਟਾ ਕੇ ਸਿਰਫ 20 ਕਰ ਦਿੱਤੀ ਗਈ ਹੈ। ਭਾਵ ਕਿ ਹੁਣ ਕਿਸੇ ਵੀ ਵੱਡੀ ਗੈਦਰਿੰਗ ਦੇ ਵਿੱਚ ਲੋਕਾਂ ਨੂੰ ਇਕੱਠਾ ਨਹੀਂ ਕੀਤਾ ਜਾ ਸਕਦਾ। ਜਿੱਥੇ ਪਹਿਲਾਂ 50 ਲੋਕਾਂ ਦੇ ਇਕੱਠਾ ਹੋਣ ਤੱਕ ਮਨਜ਼ੂਰੀ ਦਿੱਤੀ ਗਈ ਸੀ, ਹੁਣ ਉਹਨਾਂ ਨੂੰ ਘਟਾ ਕੇ 20 ਕਰ ਦਿੱਤਾ ਹੈ। ਇਸ ਤੋਂ ਇਲਾਵਾ ਹੋਟਲ ਅਤੇ ਰੈਸਟੋਰੈਂਟ ਲਈ ਲਏ ਗਏ ਫੈਸਲੇ ਦੇ ਵਿੱਚ ਸਰਕਾਰ ਨੇ ਇਹ ਵੀ ਕਿਹਾ ਕਿ ਹੁਣ ਤੁਸੀਂ ਜਾਂ ਤਾਂ ਘਰ ਬੈਠੇ ਹੀ ਫੋਨ ਦੇ ਉੱਤੇ ਆਪਣਾ ਆਰਡਰ ਕਰ ਸਕਦੇ ਹੋ ਅਤੇ ਖਾਣਾ ਹੋਮ ਡਿਲੀਵਰੀ ਤੁਹਾਡੇ ਕੋਲ ਪਹੁੰਚ ਜਾਏਗੀ, ਜਦਕਿ ਤੁਸੀਂ ਰੈਸਟੋਰੈਂਟ 'ਤੇ ਜਾ ਕੇ ਉੱਥੋਂ ਖਾਣਾ ਬਣਵਾ ਕੇ ਉਸਨੂੰ ਪੈਕ ਕਰਵਾ ਕੇ ਘਰ ਲਿਆ ਕੇ ਖਾ ਸਕਦੇ ਹੋ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸਰਕਾਰ ਦੇ ਵੱਲੋਂ ਸੂਬੇ ਦੇ ਵਿੱਚ ਸਕੂਲ, ਕਾਲਜ, ਮਾਲ, ਜਿਮ, ਸਵਿਮਿੰਗ ਪੂਲ ਆਦਿ ਬੰਦ ਕਰਨ ਦਾ ਫੈਸਲਾ ਲਿਆ ਸੀ ਅਤੇ ਪਰ ਹੁਣ ਅਹਿਤਿਆਤ ਦੇ ਤੌਰ ਦੇ ਉੱਤੇ ਸੂਬੇ ਭਰ ਦੇ ਵਿੱਚ ਹੋਟਲ ਅਤੇ ਰੈਸਟੋਰੈਂਟ 31 ਮਾਰਚ ਤੱਕ ਬੰਦ ਕਰ ਦਿੱਤੇ ਨੇ ਅਤੇ ਧਾਰਮਿਕ ਜਾਂ ਵਿਆਹ ਸ਼ਾਦੀਆਂ ਦੇ ਵਿੱਚ ਇਕੱਠੇ ਹੋਣ 'ਤੇ ਲਏ ਗਏ ਫੈਸਲੇ ਦੇ ਉੱਤੇ ਸਰਕਾਰ ਨੇ ਫੈਸਲਾ ਕੀਤਾ ਕਿ ਹੁਣ 50 ਦੀ ਜਗ੍ਹਾ ਸਿਰਫ 20 ਲੋਕ ਹੀ ਇਕੱਠੇ ਹੋ ਸਕਦੇ ਨੇ। ਦੈਨ ਜਿਹੜੀ ਕੋਈ ਪਬਲਿਕ ਗੈਦਰਿੰਗ ਹੈ, ਅਸੀਂ ਉਹ 50 ਜਿਹੜਾ ਫੈਸਲਾ ਪਹਿਲਾਂ ਕੀਤਾ ਸੀ GOM ਨੇ, ਉਹ ਅਸੀਂ ਰਿਡਿਊਸ ਕਰਕੇ 20 'ਤੇ ਲਿਆਉਂਦਾ। 20 ਤੋਂ ਬਾਅਦ ਨੋ ਮੋਰ ਮਤਲਬ ਕੋਈ ਗੈਦਰਿੰਗ ਅਲਾਊਡ ਨਹੀਂ ਹੈਗੀਆਂ। ਐਂਡ ਦੈਨ ਦੀ ਮੈਰਿਜ ਪੈਲੇਸ, ਹੋਟਲਸ, ਰੈਸਟੋਰੈਂਟਸ, ਡਾਇਨਿੰਗ, ਇਨਡੋਰ ਡਾਇਨਿੰਗ ਐਂਡ ਬੈਂਕਟਸ, ਇਹ ਸਾਰੇ ਅਸੀਂ ਕਲੋਜ਼ ਕਰ ਦਿੱਤੇ ਨੇ। ਇਹਦੇ 'ਚ ਇੱਕ ਚੀਜ਼ ਖੁੱਲ੍ਹੀ ਰਹੇਗੀ, ਹੋਮ ਡਿਲੀਵਰੀ ਸਰਵਿਸ ਔਰ ਟੇਕ ਅਵੇਸ, ਦਿਸ ਵਿਲ ਬੀ ਅਲਾਊਡ, ਬਾਕੀ ਸਭ ਕੁਛ ਬੰਦ ਹੋ। ਅਨਦਰ ਥਿੰਗ ਵੀ ਡਿਸਾਈਡਿਡ ਕਿ ਜਿਹੜੀ ਪਬਲਿਕ ਡੀਲਿੰਗ ਹੈ ਇਨ ਗਵਰਨਮੈਂਟ ਆਫਿਸਿਸ, ਉਹਨੂੰ ਰਿਸਟ੍ਰਿਕਟ ਕਰਤਾ ਜਾਏ ਔਰ ਸਿਰਫ ਬਹੁਤ ਜ਼ਿਆਦਾ ਅਸੈਂਸ਼ੀਅਲ ਵਰਕ ਹੈ, ਕੋਈ ਐਮਰਜੈਂਸੀ ਕੰਮ ਹੈ ਕਿਸੇ ਦਾ, ਉਹਨੂੰ ਅਟੈਂਡ ਕੀਤਾ ਜਾਏ। ਅਸੀਂ ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ, ਦੈਨਿਕ ਸਵੇਰਾ TV।